ਨਾਭਾ ਵਿੱਚ ਮੁਸਲਿਮ ਅਤੇ ਸਿੱਖ ਭਾਈਚਾਰੇ ਨੇ ਇੱਕ ਵੱਡੀ ਮਿਸਾਲ ਕਾਇਮ ਕਰਦੇ ਹਨ। ਨਾਭਾ ਦੇ ਗੁਰਦੁਆਰਾ ਮਹੱਲਾ ਕਰਤਾਰਪੁਰਾ ਸਾਹਿਬ ਕਮੇਟੀ ਅਤੇ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਨੇ ਸ਼ਲਾਘਾਯੋਗ ਉਪਰਾਲਾ ਕਰਦੇ ਹੋਏ ਗੁਰਦੁਆਰਾ ਸਾਹਿਬ ਵਿੱਚ ਮੁਸਲਿਮ ਭਾਈਚਾਰੇ ਨੇ ਪਹੁੰਚ ਕੇ ਆਪਣੇ ਰੋਜ਼ੇ ਖੋਲ੍ਹੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਨਮਾਜ਼ ਅਦਾ ਕੀਤੀ। ਬਹੁਤ ਹੀ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਕੀਰਤਨ ਚੱਲ ਰਿਹਾ ਸੀ ਅਤੇ ਦੂਸਰੇ ਪਾਸੇ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕੀਤੀ। ਮੁਸਲਿਮ ਭਾਈਚਾਰੇ ਵੱਲੋਂ ਮੁਸਲਿਮ ਸਿੱਖ ਏਕਤਾ ਨੂੰ ਮਜ਼ਬੂਤ ਕਰਦੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਨਤਮਸਤਕ ਹੋ ਕੇ ਮੱਥਾ ਟੇਕਿਆ। ਇਸ ਮੌਕੇ ਮੁਸਲਿਮ ਭਾਈਚਾਰੇ ਨੇ ਗੁਰਦੁਆਰਾ ਸਾਹਿਬ ਵਿੱਚ ਨਿਰਧਾਰਤ ਸਮੇਂ 'ਤੇ ਫਲ ਖਾ ਕੇ ਆਪਣਾ ਰੋਜ਼ਾ ਖੋਲ੍ਹਿਆ ਅਤੇ ਗੁਰਦੁਆਰਾ ਸਾਹਿਬ ਵਿੱਚ ਹੀ ਲੰਗਰ ਛਕਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਮੁਸਲਿਮ ਭਾਈਚਾਰੇ ਦਾ ਸਰੋਪਾਓ ਪਾ ਕੇ ਸਨਮਾਨ ਵੀ ਕੀਤਾ ਗਿਆ। देख रहे हो आवाजे कौम टीवी, अज असी मौजूद हाँ नाभा विखे जिथे कि गुरद्वारा महला करतारपुरा साहब विखे। तुसी देख सकते हो इत्थे एक वक्री ही मिसाल कायम की जा रही है जो कि सिख भाईचारे वालों मुस्लिम भाईचारे का रोजा खिलवाया जा रहा। तुसी देख सकते हो तस्वीर, ਤੁਸੀਂ ਦੇਖ ਸਕਦੇ ਹੋ ਮੁਸਲਿਮ ਭਾਈਚਾਰੇ ਵੱਲੋਂ ਰੋਜ਼ਾ ਖੋਲ੍ਹਿਆ ਗਿਆ ਜੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਕਿ ਮੁਸਲਿਮ ਭਾਈਚਾਰੇ ਵੱਲੋਂ ਰੋਜ਼ੇ ਨੂੰ ਖੋਲ੍ਹਿਆ ਗਿਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਕਿ ਇੱਕ ਵੱਖਰੀ ਮਿਸਾਲ ਹੈ ਮੁਸਲਮਾਨ ਔਰ ਸਿੱਖ ਭਾਈਚਾਰੇ ਦੇ ਜੋ ਨਾਭਾ ਵਿਖੇ ਪੇਸ਼ ਕੀਤੀ ਹੈ। ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜੋ ਕਿ ਰੋਜ਼ਾ ਖੋਲ੍ਹਿਆ ਗਿਆ ਮੁਸਲਿਮ ਭਾਈਚਾਰੇ ਵੱਲੋਂ ਗੁਰਦੁਆਰਾ ਸਾਹਿਬ ਵਿੱਚ। ਸੇਵਾ ਸੁਸਾਇਟੀ ਹੈ ਵੀ ਇੰਨੇ ਉਪਰਾਲੇ ਜਿਹੜੀ ਕਰ ਰਹੀ ਹੈ ਜਾਂ ਮਹਾਰਾਜਾ ਤੋਂ ਕਰਵਾ ਰਿਹਾ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਗਿਆ ਮੁਸਲਮਾਨਾਂ ਬਾਰੇ ਕਿਸੇ ਮੈਂ ਕਿਸੇ ਧਰਮ ਚ ਨਹੀਂ ਲਿਖਿਆ ਗਿਆ ਜਿੰਨਾ ਮੁਸਲਿਮ ਭਾਈਚਾਰੇ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ।
ਵਾਹਿਗੁਰੂ ਜੀ ਕਾ ਖਾਲਸਾ ਫਰੀਦਾ ਬੇਨਿਵਾਸਾ ਕੁੱਤਿਆ ਇਨਾ ਭਰੀ ਰੀਤ ਕਭੀ ਚਨ ਨਾ ਆਇਓ ਪੰਚੇ ਭਗਤਨ ਸੀ ਸਾ ਸੰਗਤ ਸਾਡੀ ਸ਼ਾਨ ਜਦੋਂ ਸਾਡੇ ਬਜ਼ੁਰਗ ਸੰਗਤ ਵੱਲੋਂ ਅਤੇ ਅਨੋਖੇ ਸ਼ਹੀਦ ਬਾਬਾ ਵੀਰ ਸਿੰਘ ਸੇਵਾ ਸੋਸਾਇਟੀ ਵੱਲੋਂ ਸਮੂਹ ਕਰਤਾਰਪੁਰ ਮੁਹੱਲੇ 'ਚ ਕੋਟੇ ਕੋਟਾ ਸਾਹਿਬ ਗੁਰਦੁਆਰੇ 'ਚ ਸਮੂਹ ਸਾਰੀ ਕਮੇਟੀ ਦਾ ਧੰਨਵਾਦ ਕਰਦੇ ਹਾਂ। ਬਾਬਾ ਦੀਪ ਸਿੰਘ ਵੈਲਫੇਅਰ ਸੋਸਾਇਟੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਭਾਈਚਾਰੇ ਸਾਂਝ ਨੂੰ ਵਧਾਉਣ ਦਾ ਉਪਰਾਲਾ ਕੀਤਾ। ਸਾਡੇ ਸਾਰੇ ਮੁਸਲਿਮ ਭਾਈਚਾਰੇ ਨੂੰ ਪੂਰੇ ਨਾਭੇ ਦੇ ਵਿੱਚ ਉਹਨਾਂ ਨੇ ਇੱਥੇ ਬੁਲਾ ਕੇ ਰੋਜ਼ੇ ਇਫਤਾਰੀ ਕਰਾਈ ਅਤੇ ਨਾਲ ਹੀ ਨਮਾਜ਼ ਪੜ੍ਹੀ। ਇੱਥੇ ਅਸੀਂ ਗੁਰਦੁਆਰੇ 'ਚ ਅਸੀਂ ਇਸ ਚੀਜ਼ ਦਾ ਲੋਕਾਂ ਨੂੰ ਸੁਨੇਹਾ ਦਿੰਦੇ ਹਾਂ ਵੀ ਇਹ ਬਹੁਤ ਵਧੀਆ ਉਪਰਾਲਾ, ਅੱਗੇ ਤੋਂ ਵੀ ਚੱਲਦਾ ਰਹੂ, ਜਿਹੜੀ ਸਾਡੀ ਸਾਂਝ ਅੱਗੇ ਤੋਂ ਵੀ ਇਹ ਚੱਲਦੀ ਰਹੂਗੀ ਇਸੇ ਤਰ੍ਹਾਂ। ਹਾਂ, ਇਹ ਸਭਸੇ ਪਹਿਲੇ ਤੋਂ ਮੈਂ ਸਭਕੋ ਮੁਬਾਰਕਬਾਦ ਦੇਤਾ ਹੂੰ ਪ੍ਰੋਗਰਾਮ ਕਰਨ ਵਾਲੋਂ ਕੋ, ਔਰ ਇਹ ਮੁਝੇ ਬੜੀ ਖੁਸ਼ੀ ਹੋਈ ਕਿ ਆਪ ਹਜ਼ਰਾਤ ਨੇ ਜੋ ਇਹ ਮਾਮਲਾ ਕੀਆ ਹੈ, ਇਹ ਪ੍ਰੋਗਰਾਮ ਕੀਆ ਹੈ, ਔਰ ਇਹ ਜੋ ਆਪਸ ਮੇਂ ਭਾਈਚਾਰਾ ਕੀਆ ਹੈ, ਇਹ ਬਹੁਤ ਹੀ ਕਾਬਿਲ ਤਾਰੀਫ ਹੈ, ਔਰ ਇਸਕੀ ਜਿਤਨੀ ਵੀ ਤਾਰੀਫ ਕੀ ਜਾਏ ਕਮ ਹੈ, ਔਰ ਇਸ ਇਤਿਹਾਦ ਇਤਫਾਕ ਕਾ ਜੋ ਰਿਵਾਜ ਹੁਆ ਔਰ ਜੋ ਰੀਤੀ ਹੋਈ ਹੈ, ਇਸਕੇ ਲੀਏ ਹਮ ਜਿਤਨੇ ਵੀ ਕਹੇ ਕਮ ਹੈ, ਔਰ ਮੈਂ ਇਹੀ ਗੁਜ਼ਾਰਿਸ਼ ਕਰੂੰਗਾ ਕਿ ਇਨ ਪ੍ਰੋਗਰਾਮ ਕੋ ਹਮੇਸ਼ਾ ਕਾਇਮ ਰੱਖਾ ਜਾਏ, ਔਰ ਇਸ ਤਰ੍ਹਾਂ ਕੀ ਪਿਆਰ ਮੁਹੱਬਤ ਕੀ ਬਾਤੇਂ ਹਮੇਸ਼ਾ ਕੀ ਜਾਏ, ਔਰ ਇਸ ਤਰ੍ਹਾਂ ਕੇ ਪ੍ਰੋਗਰਾਮ ਹਮੇਸ਼ਾ ਕੀਆ ਜਾਏ, ਤਾਂ ਕਿ ਪੂਰੇ ਸ਼ਹਿਰ ਕੇ ਅੰਦਰ ਧੀਰੇ ਧੀਰੇ ਮੁਹੱਬਤ ਇਤਫਾਕ ਔਰ ਆਪਸ ਮੇਂ ਪਿਆਰ ਬਣੇ, ਔਰ ਸਭ ਕੋ ਪਤਾ ਇਹ ਲਗੇ ਕਿ ਹਮ ਮੁਸਲਮਾਨ ਔਰ ਸਿੱਖ ਭਾਈ ਜਾਂ ਜੋ ਵੀ ਹੈ ਹਿੰਦੂ ਭਾਈ, ਸਭ ਯਹਾਂ ਕੇ ਲੋਕ ਇਤਫਾਕ ਕੇ ਸਾਥ ਰਹਤੇ ਹੈ, ਆਪਸ ਮੇਂ ਬਹੁਤ ਪਿਆਰ ਕੇ ਸਾਥ ਰਹਤੇ ਹੈ, ਔਰ ਆਪਸ ਮੇਂ ਬਹੁਤ ਇਨਕਾ ਜੋ ਵਿਵਹਾਰ ਹੈ, ਇੱਕ ਦੂਸਰੇ ਕੇ ਸਾਥ ਮਿਲਨੇ ਕਾ ਵਿਵਹਾਰ ਹੈ, ਔਰ ਇੱਕ ਦੂਸਰੇ ਕੇ ਸਾਥ ਇਹ ਪਿਆਰ ਦੇਤੇ ਹੈ, ਇੱਕ ਦੂਸਰੇ ਕੋ ਇਹ ਚਾਹਤੇ ਹੈ, ਔਰ ਇੱਕ ਦੂਸਰੇ ਕੀ ਮਦਦ ਕੇ ਲੀਏ ਤਿਆਰ ਹੈ। ਮੁਸਲਮਾਨ ਵੀ ਹਿੰਦੂ ਭਾਈਓ ਸਿੱਖ ਭਾਈਓ ਕੇ ਲੀਏ ਤਿਆਰ ਹੈ, ਔਰ ਹਿੰਦੂ ਭਾਈ ਸਿੱਖ ਭਾਈ ਵੀ ਮੁਸਲਮਾਨੋ ਕੇ ਲੀਏ ਤਿਆਰ ਹੈ। ਜਹਾਂ ਕਹੀਂ ਵੀ ਕੋਈ ਵੀ ਇਸ ਤਰ੍ਹਾਂ ਕਾ ਫਸਾਦ ਹੋ ਜਾਂ ਕੋਈ ਵੀ ਬਰਪਾ ਹੋ ਜਾਂ ਕੋਈ ਵੀ ਹਮੇ ਸਤਾਉਣਾ ਚਾਹੇ ਜਾਂ ਹਮਾਰੇ ਉੱਪਰ ਕੋਈ ਵੀ ਉਂਗਲੀ ਉਠਾਉਣਾ ਚਾਹੇ, ਤਾਂ ਹਮ ਉਸਕੇ ਬਰਦਾਸ਼ਤ ਨਹੀਂ ਕਰ ਸਕਤੇ, ਹਮ ਉਸਕੇ ਮੂੰਹ ਤੋੜ ਸਾਰੇ ਮਿਲ ਕਰਕੇ ਜਵਾਬ ਦੇਂਗੇ। ਆਖਿਰ ਮੇਂ ਇਹ ਹੈ ਕਿ ਹਮ ਸਭੋਂ ਕਾ ਭਾਈਚਾਰਾ ਸ਼ਾਮਿਲ ਰਹੇ ਔਰ ਸਭ ਇਕੱਠਾ ਰਹੇ, ਔਰ ਅੱਲਾਹ ਤਬਾਰਕ ਵ ਤਾਲਾ ਹਮ ਸਭੋਂ ਕੋ ਕਬੂਲ ਫਰਮਾ ਲੇ। ਆਮੀਨ ਸੁਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸ਼ਮ ਪਾਤਸ਼ਾਹ ਦਾ ਹੁਕਮ ਹੈ, ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨਵੋ ਦੇ ਹੁਕਮ ਮੁਤਾਬਕ ਅੱਜ ਸ਼ਬਦ ਗੁਰੂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਅਸਥਾਨ 'ਤੇ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਡਿਸਟ੍ਰਿਕਟ ਨਾਭਾ ਵੱਲੋਂ ਮੁਸਲਿਮ ਭਾਈਚਾਰੇ ਨੂੰ ਸਰਬ ਸਾਂਝੀ ਵਾਲਤਾ ਦੇ ਤਹਿਤ ਮੁਸਲਿਮ ਭਾਈਚਾਰੇ ਅਤੇ ਸਿੱਖਾਂ ਦੀ ਸਾਂਝੀ ਵਾਲਤਾ ਦਾ ਸੰਦੇਸ਼ ਦੇਣ ਵਾਸਤੇ ਅੱਜ ਇਸ ਸਥਾਨ 'ਤੇ ਬੁਲਾਇਆ ਗਿਆ ਸੀ। ਰੋਜ਼ੇ ਚੱਲ ਰਹੇ ਨੇ, ਉਹਨਾਂ ਵੱਲੋਂ ਅੱਜ ਇਸ ਅਸਥਾਨ 'ਤੇ ਹੀ ਬੈਠ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਪਹਿਲਾਂ ਰੋਜ਼ਾ ਖੋਲ੍ਹਿਆ ਗਿਆ, ਉਸ ਤੋਂ ਬਾਅਦ ਨਮਾਜ਼ ਹੈ ਜਿਹੜੀ ਅਦਾ ਕੀਤੀ ਗਈ ਹੈ, ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਹੈਡ ਗ੍ਰੰਥੀ ਸਾਹਿਬ ਵੱਲੋਂ ਗੁਰੂ ਦੀ ਅਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਔਰ ਗੁਰੂ ਦੀ ਦੇਗ ਮਹਾਰਾਜ ਦੇ ਹੁਕਮਨਾਮੇ ਤੋਂ ਬਾਅਦ ਵਰਤਾਈ ਗਈ ਹੈ। ਸੋ ਅਸੀਂ ਅੱਜ ਜੀਆਂ ਨੂੰ ਕਿਹਾ, ਮੁਸਲਿਮ ਭਾਈਚਾਰੇ ਨੂੰ ਜੀਆਂ ਨੂੰ, ਕਿਉਂਕਿ ਇਹ ਵੀ ਰੱਬ ਦਾ ਹੀ ਘਰ ਹੈ, ਜਿੱਥੇ ਸ਼ਬਦ ਗੁਰੂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਰਾਜਮਾਨ ਨੇ, ਉਹਨਾਂ ਨੇ ਸਾਡੀ ਪਹਿਲੀ ਬੇਨਤੀ ਪ੍ਰਵਾਨ ਕਰਦੇ ਹਾਂ
खुशी महसूस की और उन्होंने ये भी बेनती की मुस्लिम भाईचारे ने कि असी नमाज भी इस स्थान पर अदा करांगे। सो 100-150 के करीब जिन्हें भी शहर मुस्लिम भाईचारे संबंधित साढ़े भरा रेंदे ने उन्होंने अब इस स्थान पर नमाज अदा की है। पहला उन्होंने रोजा खोलन वास्ते फरूट की सेवा डंडे की सेवा उपरंत गुरु के लंगर संस्था वालों वरताए गए हैं और साडा सहयोग है जिहड़ा इस गुरुद्वारा प्रबंधक कमेटी ने दिता क्योंकि असी इन्हों इतें बुलाया। मैं एक बेनती आप जी के जरिए करना चाहना कि जो एक कुर्सी स्थापित करने वास्ते घट गिणती कौमों को दबाने की कोशिश की जा रही है वो असी नहीं कामयाब हो देवे। दोनों मुस्लिम भाईचारा तो सिख भाईचारा इस गल लैके एक है तो असी सुनेहा भी देना चाहते हैं कि असी जेकर कोई साढ़े कोई जुल्म होगा तो असी एक होकर वह सामना करांगे। बाकी संस्था जिहड़ी गरीब का मुख गुरु की गोलक में लैके पिछले 10 साल तो कार्य कर रही है चाहे वह किसी का घर बनाना हो किसी बच्चे की पढ़ाई का खर्चा हो मलम पट्टी होपरेशन होकडाउन व्डे सुके राशन के होर लंघन होने महीना वारी राशन दवावान लगातार जारी ने। मैं संगत के चरणों में बेनती करना कि अगर आप जी इस तरह साढ़े सिर पर हाथ रखोगे तो यह सेवावान संस्था जी गुरु साहब का वोटा सरा लै हमेशा निभा रहेगी। वाहेगुरू जी का खालसा वाहेगुरू जी की फतेह।